ਇਹਨਾਂ ਨੂੰ ਸਾਫ ਮਿਲੇ। ਬਲਵਿੰਦਰ ਕੁਮਾਰ ਜੀ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜੋ ਬਸਪਾ ਆ ਉਹਨੂੰ 35 ਸਾਲ ਹੋ ਚੱਲੇ ਨੇ ਬਣੇ ਹੋਏ ਉਸ ਪਾਰਟੀ ਨੂੰ, ਪਰ ਜੋ ਬਸਪਾ ਆ ਉਹ ਕਾਂਗਰਸ ਭਾਜਪਾ ਵਰਗਾ ਫਰੰਟ ਕਿਉਂ ਨਹੀਂ ਬਣਾਉਂਦੀ? ਉਹ ਹਮੇਸ਼ਾ ਚਾਹੇ ਪੰਜਾਬ ਹੋਵੇ ਚਾਹੇ ਉੱਤਰ ਪ੍ਰਦੇਸ਼ ਹੋਵੇ, ਉਹ ਮਹਾਂਗਠਜੋੜ ਦਾ ਹਿੱਸਾ ਕਿਉਂ ਬਣ ਜਾਂਦੀ ਹੈ? ਇਸ ਬਾਰੇ ਤੁਹਾਡਾ ਕਿਉਂ ਕਹਿਣਾ? ਦੇਖੋ, ਜਿਹੜੀ BSP ਆ, ਅਸਲ ਦੇ ਵਿੱਚ ਜਿਹੜੇ ਇਸ ਸਮਾਜ ਦੇ ਵਿੱਚ ਸਭ ਤੋਂ ਗਰੀਬ ਲਤਾੜੇ ਲੋਕ ਆ, ਉਹਨਾਂ ਦੇ ਵਿੱਚੋਂ ਉਹਨਾਂ ਵੱਲੋਂ ਇੱਕ ਸ਼ੁਰੂਆਤ ਕੀਤੀ ਹੋਈ ਪਾਰਟੀ ਆ, ਅਤੇ ਇਸ ਕਰਕੇ ਇੱਕ ਤਾਂ ਉਹ ਜਿਹੜੇ ਲੋਕ ਆ ਸ਼ਡਿਊਲ ਕਾਸਟ ਆ, ਬੈਕਵਰਡ ਆ, ਉਹ ਪਹਿਲਾਂ ਹੀ ਜਿਹੜੀਆਂ ਕਾਂਗਰਸ ਆ ਉਹ ਮਤਲਬ ਅਮੀਰ ਤਬਕੇ ਦੀਆਂ, ਮਤਲਬ ਪੂੰਜੀਪਤੀ ਲੋਕਾਂ ਦੀਆਂ ਜਿਹੜੀਆਂ BJP ਪਾਰਟੀਜ਼ ਰਹੀਆਂ। ਅਕਾਲੀ ਦਲ ਵੀ ਇੱਕ ਪ੍ਰਭਾਵਸ਼ਾਲੀ ਜਿਹੜੇ ਮਤਲਬ ਜਿਹੜੇ ਜਿਨ੍ਹਾਂ ਕੋਲ ਕਾਫੀ ਪੈਸਾ ਹੈ ਉਹ ਲੋਕ ਰਹੇ ਹਨ, ਅਤੇ ਜਿਹੜੀ BSP ਆ ਉਹ ਪਹਿਲਾਂ ਹੀ ਮਤਲਬ ਇੱਕ ਗਰੀਬ ਬੇਸ 'ਚੋਂ ਆਈ ਹੈਗੀ ਆ, ਮਤਲਬ ਜਿਹੜੇ ਕਾਫੀ ਗਰੀਬ ਤਬਕੇ 'ਚੋਂ। ਇਸ ਕਰਕੇ ਜਿਹੜਾ ਸਾਨੂੰ ਕਾਫੀ ਟਾਈਮ ਲੱਗਾ ਉਹਨਾਂ ਦੇ ਖਿਲਾਫ਼ ਚੈਲੇਂਜ ਖੜ੍ਹਾ ਕਰਨ ਦਾ, ਔਰ ਮੈਂ ਤਾਂ ਇੱਥੇ ਤੱਕ ਵੀ ਕਹਿੰਦਾ ਹੁੰਦਾ ਵੀ ਉਹਨਾਂ ਦੇ ਲੋਕਾਂ ਦਾ ਆਪਣੇ ਤੌਰ 'ਤੇ ਔਰਗਨਾਈਜ਼ ਹੋ ਕੇ ਇੱਕ ਪੋਲੀਟੀਕਲ ਫਰੰਟ ਖੜ੍ਹਾ ਕਰ ਦੇਣਾ ਹੀ ਇੱਕ ਬਹੁਤ ਵੱਡੀ, ਇੱਕ ਲੋਕਤੰਤਰ ਦੇ ਦਾਇਰੇ ਵਿੱਚ ਬਹੁਤ ਵੱਡੀ ਜਿੱਤ ਆ, ਕਿਉਂਕਿ BSP ਇਸ ਟਾਈਮ ਇਸ ਦੇਸ਼ ਦੇ ਵਿੱਚ ਤੀਜੀ ਵੱਡੀ ਨੈਸ਼ਨਲ ਪਾਰਟੀਜ਼ ਹੈਗੀ ਆ। ਤਾਂ ਇਸ ਕਰਕੇ ਜਦੋਂ ਅਸੀਂ ਲੜਦੇ ਹਾਂ ਇਲੈਕਸ਼ਨਸ, ਬਹੁਤ ਵੱਡੇ ਪੱਧਰ 'ਤੇ ਉਹ ਪੈਸਾ ਖਰਚ ਕਰਦੇ ਆ, ਔਰ ਕਈ ਵਾਰ ਸਾਡੇ ਕੋਲ ਉਨਾ ਪੈਸਾ ਨਹੀਂ ਹੁੰਦਾ, ਸਾਡੇ ਕੋਲ ਤਾਂ ਕਈ ਵਾਰ ਆਪਣਾ ਜਿਹੜਾ ਵਰਕਰ ਹੈ ਉਹਦੇ ਲਈ ਰੋਟੀ ਦਾ ਪ੍ਰਬੰਧ ਵੀ ਨਹੀਂ ਹੁੰਦਾ। ਤਾਂ ਇਸ ਕਰਕੇ ਬੜਾ ਅਨਇਕੁਅਲ ਲੈਵਲ 'ਤੇ, ਗੈਰ ਬਰਾਬਰੀ ਲੈਵਲ 'ਤੇ ਮੁਕਾਬਲਾ ਹੁੰਦਾ ਆ, ਔਰ ਇਹ 'ਚ ਸਾਡਾ ਨੁਕਸਾਨ